ਅਸਲਾਮ ਵਾਲੇਕਮ ਵੀਵਰਸ, ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੀ ਵੀਡੀਓ ਬੜੀ ਸਿੰਪਲ ਜਿਹੀ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਪੂਰੀ ਰੈਸਿਪੀ ਦਾ ਤੁਹਾਨੂੰ ਪਤਾ ਚੱਲ ਸਕੇ। ਜਿਸ ਵੇਲੇ ਮੇਰੀ ਵੀਡੀਓ ਨੂੰ ਵੇਖ ਲਿਓ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਆਖਰ ਵਿੱਚ ਘੰਟੀ ਵਾਲਾ ਬਟਨ ਜ਼ਰੂਰ ਦਬਾ ਲੈਣਾ। ਅੱਜ ਦੀ ਰੈਸਿਪੀ ਵਿੱਚ ਮੈਂ ਬਣਾਉਣ ਲੱਗੀ ਹਾਂ ਆਲੂ ਬੈਂਗਣ। ਆਲੂ ਬੈਂਗਣ ਤਾਂ ਹਰ ਘਰ 'ਚ ਹੀ ਬਣਦੇ, ਲੇਕਿਨ ਹਰ ਇੱਕ ਦਾ ਮੁਖਤਲਿਫ ਤਰੀਕਾ ਹੁੰਦਾ ਬਣਾਉਣ ਦਾ। ਤੇ ਹੁਣ ਅਸੀਂ ਸ਼ੁਰੂ ਕਰਦੇ ਆਪਣੀ ਮਜ਼ੇਦਾਰ ਜੀ ਰੈਸਿਪੀ। ਉਸੇ ਵਾਸਤੇ ਅਸੀਂ ਲੈ 2 ਕਿਲੋ ਬੈਂਗਣ। ਇੱਕ ਬਾਊਲ 'ਚ ਮੈਂ ਪਾਣੀ ਪਾਇਆ ਤੇ ਉਹਦੇ ਵਿੱਚ ਮੈਂ ਬੈਂਗਣ ਕੱਟ ਲਏ। ਬੈਂਗਣ ਪਾਣੀ 'ਚ ਇਸ ਕਰਕੇ ਕੱਟਿਆ ਕਿਉਂਕਿ ਬਗੈਰ ਪਾਣੀ ਤੋਂ ਬੈਂਗਣ ਕਾਲੇ ਹੋ ਜਾਂਦੇ ਆ। ਹੁਣ ਮੈਂ ਲਿਆ ਇੱਕ ਪੈਨ, ਪੈਨ ਚੁੱਲ੍ਹੇ ਦੇ ਉੱਤੇ ਰੱਖਤਾ, ਅੱਗ ਮੱਠੀ ਜੀ ਕਰ ਦਿੱਤੀ ਤੇ ਉਹਦੇ ਵਿੱਚ 2 ਵਾਰੀ ਕੱਟੇ ਹੋਏ ਪਿਆਜ਼ ਪਾ ਦਿੱਤੇ। ਪਿਆਜ਼ਾਂ 'ਚ ਹਸਬੇ ਜ਼ਰੂਰਤ ਆਇਲ ਸ਼ਾਮਲ ਕਰ ਦੇਣਾ। ਪਿਆਜ਼ 1 ਮਿੰਟ ਵਾਸਤੇ ਫਰਾਈ ਕਰ ਲੈਣੇ ਆ। ਪਿਆਜ਼ 1 ਮਿੰਟ ਫਰਾਈ ਕਰਨੇ ਤੋਂ ਬਾਅਦ 2 ਕੱਟੇ ਹੋਏ ਟਮਾਟਰ ਸ਼ਾਮਲ ਕਰ ਦੇਣੇ ਆ। ਟਮਾਟਰ ਸ਼ਾਮਲ ਕਰਨੇ ਤੋਂ ਬਾਅਦ 4 ਤੋਂ 5 ਬਾਰੀ ਕੱਟੀਆਂ ਹੋਈਆਂ ਸਬਜ਼ ਮਿਰਚਾਂ ਵੀ ਸ਼ਾਮਲ ਕਰ ਦੇਣੀਆਂ। ਹਸਬੇ ਜ਼ਰੂਰਤ ਕੁੱਟਿਆ ਹੋਇਆ ਅਦਰਕ ਤੇ ਲਹਿਸਣ ਵੀ ਸ਼ਾਮਲ ਕਰ ਦੇਣਾ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਠੀ ਜਿਹੀ ਅੱਗ ਦੇ ਉੱਤੇ 2 ਮਿੰਟ ਵਾਸਤੇ ਫਰਾਈ ਕਰ ਲੈਣਾ। 2 ਮਿੰਟ ਫਰਾਈ ਕਰਨੇ ਤੋਂ ਬਾਅਦ 1 ਚਾਏ ਵਾਲਾ ਚਮਚ ਦਰਦਰਾ ਮਿਰਚ ਦਾ ਵੀ ਸ਼ਾਮਲ ਕਰ ਦਿੱਤਾ। 2 ਚਾਏ ਵਾਲੇ ਚਮਚ ਲਾਲ ਮਿਰਚ ਦੇ ਵੀ ਸ਼ਾਮਲ ਕਰ ਦਿੱਤੇ। 1 ਚਾਏ ਵਾਲਾ ਚਮਚ ਨਮਕ ਦਾ ਸ਼ਾਮਲ ਕੀਤਾ ਤੇ 1 ਚਾਏ ਵਾਲਾ ਚਮਚ ਹਲਦੀ ਦਾ ਵੀ ਸ਼ਾਮਲ ਕਰ ਦਿੱਤਾ। ਤੇ ਹੁਣ ਤੁੜਕੇ ਨੂੰ ਮੱਠੀ ਜਿਹੀ ਅੱਗ ਦੇ ਉੱਤੇ 1 ਮਿੰਟ ਵਾਸਤੇ ਪਕਾ ਲੈਣਾ। ਤੁੜਕੇ ਨੂੰ 1 ਮਿੰਟ ਪਕਾਉਣੇ ਤੋਂ ਬਾਅਦ ਕੱਟੇ ਹੋਏ ਬੈਂਗਣ ਸ਼ਾਮਲ ਕਰ ਦੇਣੇ। ਬੈਂਗਣ ਸ਼ਾਮਲ ਕਰਨੇ ਤੋਂ ਬਾਅਦ ਚਮਚ ਦੇ ਨਾਲ ਅੱਛੇ ਤਰੀਕੇ ਨਾਲ ਹਿਲਾ ਲਿਆ ਤੇ ਉਸ ਤੋਂ ਬਾਅਦ ਅੱਛੇ ਤਰੀਕੇ ਨਾਲ ਕਵਰ ਕਰ ਦਿੱਤਾ ਤਾਂ ਕਿ ਬੈਂਗਣ ਅੱਛੇ ਤਰੀਕੇ ਨਾਲ ਪੱਕ ਜਾਣ। 3 ਮਿੰਟ ਤੋਂ ਬਾਅਦ ਮੈਂ ਢੱਕਣਾ ਚੱਕ ਕੇ ਦੇਖਿਆ ਤੇ ਬੈਂਗਣ ਅੱਛੇ ਤਰੀਕੇ ਨਾਲ ਗਲ ਗਏ ਹੋਏ ਆ। ਤੇ ਹੁਣ ਮੈਂ ਚੁੱਲ੍ਹੇ ਦੀ ਅੱਗ ਦਰਮਿਆਨੀ ਕਰ ਦਿੱਤੀ ਤੇ ਨਾਲ ਨਾਲ ਚਮਚ ਹਿਲਾਉਂਦੀ ਰਹੀ ਤਾਂ ਕਿ ਬੈਂਗਣਾਂ ਦਾ ਪਾਣੀ ਅੱਛੇ ਤਰੀਕੇ ਨਾਲ ਖੁਸ਼ਕ ਹੋ ਜਾਵੇ। ਬੈਂਗਣਾਂ 'ਚ ਪਾਣੀ ਮੁਕੰਮਲ ਤੌਰ 'ਤੇ ਖੁਸ਼ਕ ਨਹੀਂ ਹੋਇਆ ਤੇ ਮੈਂ ਮੈਸ਼ਰ ਦੇ ਨਾਲ ਹਲਕੇ ਹਲਕੇ ਬੈਂਗਣਾਂ ਨੂੰ ਮੈਸ਼ ਕਰ ਦੇਵਾਂਗੀ। ਮੈਨੂੰ ਕਿਉਂਕਿ ਬਾਰੀਕ ਬੈਂਗਣ ਪਸੰਦ ਆ, ਇਸ ਲਈ ਮੈਂ ਮੈਸ਼ਰ ਨਾਲ ਥੋੜ੍ਹਾ ਜਿਹਾ ਮੈਸ਼ ਕਰ ਲਿਆ। ਅਗਰ ਤੁਹਾਨੂੰ ਨਹੀਂ ਪਸੰਦ ਇਸੇ ਤਰ੍ਹਾਂ ਪਾਣੀ ਖੁਸ਼ਕ ਕਰੋ ਬੈਂਗਣਾਂ ਦਾ ਤਾਂ ਵਿੱਚ ਆਲੂ ਸ਼ਾਮਲ ਕਰ ਦਿਓ। ਬੈਂਗਣ ਥੋੜ੍ਹਾ ਜਿਹਾ ਬਾਰੀਕ ਵੀ ਹੋ ਗਿਆ ਤੇ ਇਹਨਾਂ 'ਚ ਪਾਣੀ ਵੀ ਖੁਸ਼ਕ ਹੋ ਗਿਆ ਤੇ ਹੁਣ ਅਸੀਂ ਕੱਟੇ ਹੋਏ ਆਲੂ ਹਸਬੇ ਜ਼ਰੂਰਤ ਸ਼ਾਮਲ ਕਰ ਦੇਵਾਂਗੇ। ਆਲੂ ਸ਼ਾਮਲ ਕਰਨੇ ਤੋਂ ਬਾਅਦ ਚਮਚ ਦੇ ਨਾਲ ਅੱਛੇ ਤਰੀਕੇ ਦੇ ਨਾਲ ਹਿਲਾ ਲਵਾਂਗੇ। ਇੱਕ ਮਿੰਟ ਵਾਸਤੇ ਮੱਠੀ ਹੀ ਅੱਗ ਦੇ ਉੱਤੇ ਆਲੂਆਂ ਨੂੰ ਪਕਾਇਆ ਤੇ ਅੱਛੇ ਤਰੀਕੇ ਨਾਲ ਮੈਂ ਕਵਰ ਕਰਨਾ ਤਾਂ ਕਿ ਅੱਛੇ ਤਰੀਕੇ ਦੇ ਨਾਲ ਗਲ ਜਾਣ। 2 ਮਿੰਟ ਤੋਂ ਬਾਅਦ ਮੈਂ ਪੈਨ ਦਾ ਢੱਕਣ ਚੱਕ ਕੇ ਦੇਖਿਆ, ਅਲਹਮਦੁਲਿਲਾ ਆਲੂ ਬੈਂਗਣ ਬਿਲਕੁਲ ਤਿਆਰ ਆ।
ਆਖਿਰ ਚ ਇੱਕ ਕੱਟੀ ਹੋਈ ਸ਼ਿਮਲਾ ਮਿਰਚ ਸ਼ਾਮਲ ਕਰਾਂਗੀ। ਸ਼ਿਮਲਾ ਮਿਰਚ ਸ਼ਾਮਲ ਕਰਕੇ 30 ਸੈਕਿੰਡ ਵਾਸਤੇ ਮੱਠੀ ਜੀ ਆਗ ਦੇ ਉੱਤੇ ਮੈਂ ਪਕਾ ਲਿਆ। ਤੇ ਹੁਣ ਮੈਂ ਕੁੱਟਿਆ ਹੋਇਆ ਖੁਸ਼ਕ ਧਨੀਆ ਤੇ ਜ਼ੀਰਾ ਵੀ ਸ਼ਾਮਲ ਕਰ ਦਿੱਤਾ। ਸਾਲਨ ਨੇ ਛਲਕਾ ਜਿਹਾ ਚਮਚ ਹਿਲਾਉਣੇ ਤੋਂ ਬਾਅਦ ਚੁੱਲ੍ਹੇ ਦੀ ਅੱਗ ਬੰਦ ਕਰ ਦਿੱਤੀ। ਦੇਖਣ ਨੂੰ ਤਾਂ ਬੈਂਗਣ ਬਹੁਤ ਹੀ ਮਜ਼ੇਦਾਰ ਲੱਗਣ ਦੇ ਆ, ਖਾ ਕੇ ਦੇਖਦੇ ਹਾਂ ਕਿਹੋ ਜਿਹਾ ਟੇਸਟ ਆ। ਦੂਸਰੀ ਸਾਈਡ ਤੇ ਮੈਂ ਰੋਟੀ ਬਣਾਈ, ਪਲੇਟ 'ਚ ਬੈਂਗਣ ਪਾਏ ਤੇ ਮੈਂ ਖਾ ਕੇ ਦੇਖਿਆ ਮੈਨੂੰ ਤਾਂ ਬਹੁਤ ਹੀ ਸਵਾਦੀ ਟੇਸਟ ਲੱਗਾ। ਤੁਸੀਂ ਵੀ ਆਪਣੇ ਘਰਾਂ 'ਚ ਇਸੇ ਰੈਸਿਪੀ ਦੇ ਨਾਲ ਬੈਂਗਣ ਜ਼ਰੂਰ ਬਣਾਉਣਾ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਰੈਸਿਪੀ ਕਿਹੋ ਜਿਹੀ ਲੱਗੀ। ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਇਸੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।